ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਲੁੱਟਾਂ ਖੋਹਾਂ ਵੱਧ ਰਹੀਆਂ ਨੇ, ਉੱਥੇ ਹੁਣ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ। ਦੱਸ ਦਈਏ ਕਿ ਘਰ ਦੇ ਬਾਹਰ ਖੜ੍ਹੀ ਇੱਕ ਲੜਕੀ ਦੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਲੁਟੇਰਿਆਂ ਨੇ ਸਾਰੀਆਂ ਹੱਦਾਂ ਹੀ ਟੱਪ ਦਿੱਤੀਆਂ ਨੇ। ਦੱਸ ਦਈਏ ਕਿ ਲੁਟੇਰਿਆਂ ਦੇ ਵੱਲੋਂ ਜਿੱਥੇ ਲੜਕੀ ਦਾ ਫੋਨ ਖੋਇਆ ਗਿਆ, ਉੱਥੇ ਹੀ ਲੜਕੀ ਨੂੰ ਬਾਹਾਂ ਤੋਂ ਫੜ ਕੇ ਘੱਟੋ ਘੱਟ ਅੱਧਾ ਕਿਲੋਮੀਟਰ ਤੋਂ ਵੀ ਦੂਰ ਘੜੀਸਦੇ ਹੋਏ ਲੈ ਗਏ। ਜਦੋਂ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਉਹਨਾਂ ਨੇ ਜਾ ਕੇ ਲੜਕੀ ਦੀ ਬਾਂਹ ਛੱਡੀ ਅਤੇ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਹੁਣ ਜਲੰਧਰ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ। ਤਾਂ ਜਲੰਧਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ। ਦਰਅਸਲ ਪਿਛਲੇ 2 ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਨੂੰ ਕਿੰਜ ਲੁਟੇਰਿਆਂ ਦੇ ਵੱਲੋਂ ਘੜੀਸਿਆ ਜਾ ਰਿਹਾ, ਸੜਕ ਦੇ ਉੱਤੇ ਉਹਨੂੰ ਘੜੀਸਿਆ ਜਾ ਰਿਹਾ। ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਲੜਕੀ ਦੀ, ਤਾਂ ਲੜਕੀ ਵੀ ਹੁਣ ਕਾਫ਼ੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਅਤੇ ਲੜਕੀ ਦਾ ਕਹਿਣਾ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹੀ ਸੀ, ਬਾਈਕ ਦੇ ਉੱਤੇ 3 ਲੁਟੇਰੇ ਆਉਂਦੇ ਨੇ, ਉਸਦੇ ਕੋਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾਂ ਤਾਂ ਉਸ ਨੂੰ ਧੱਕਾ ਵੱਜਦਾ ਹੈ, ਉਹ ਜਾ ਕੇ ਦੀਵਾਰ ਦੇ ਨਾਲ ਜਾ ਟਕਰਾਉਂਦੀ ਹੈ, ਹਾਲਾਂਕਿ ਲੁਟੇਰਿਆਂ ਦੇ ਵੱਲੋਂ ਫਿਰ ਮਾਫ਼ੀ ਵੀ ਮੰਗੀ ਜਾਂਦੀ ਹੈ। ਪਰ ਜਿਵੇਂ ਹੀ ਉਹਨਾਂ ਨੂੰ ਉਸ ਲੜਕੀ ਦੇ ਹੱਥ ਦੇ ਵਿੱਚ ਫੋਨ ਦਿੱਤਾ ਤਾਂ ਉਹ ਲੜਕੀ ਦਾ ਹੱਥ ਹੀ ਫੜ ਲੈਂਦੇ ਨੇ ਅਤੇ ਘੜੀਸਦੇ ਹੋਏ ਕਾਫ਼ੀ ਦੂਰ ਤੱਕ ਲੈ ਜਾਂਦੇ ਨੇ। ਅਤੇ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਲੜਕੀ ਦੇ ਕਾਫ਼ੀ ਗੰਭੀਰ ਸੱਟਾਂ ਵੀ ਲੱਗੀਆਂ ਨੇ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਮੈਂ ਰੋਡ 'ਚ ਆ ਰਹੀ ਸੀ, ਫਿਰ ਵਹਾਂ ਪੇ 2 ਲੜਕੇ ਖੜੇ ਹੋਏ ਥੇ, ਫਿਰ ਉਹ ਵਹੀਂ ਪਰ ਰਹਿ ਗਏ। ਮੈਂ ਆਪਣੇ ਘਰ ਕੇ ਅੰਦਰ ਜੈਸੇ ਬੜੀ 3 ਮੁੰਡੇ ਬਾਈਕ ਸੇ ਆਏ ਗਏ, ਮੈਂ ਕੋਲ ਦੀਵਾਰ ਕੇ ਸਾਥ ਟਕਰਾ ਕੇ, ਫਿਰ ਕਹਤੇ ਸੋਰੀ, ਮੈਂ ਕਿਹਾ ਕੋਈ ਬਾਤ ਨਹੀਂ। ਫਿਰ ਉਹ ਜੈਸੇ ਮੈਂ ਪੀਛੇ ਕੋਈ ਮੇਰਾ ਫੋਨ ਅਤੇ ਮੇਰੇ ਕੋਲ ਗਜ਼ੀਟ ਦੇ ਉਹ ਲੈ ਕੇ ਚਲੇ ਗਏ ਥੇ। ਕਹਾਂ ਤੱਕ ਗਜ਼ੀਟ ਤੋਂ ਲੈ ਕੇ ਗਏ ਆਪਕੋ? PBR ਕੇ ਆਗੇ ਤੱਕ, ਮੰਦਿਰ ਕੇ ਸਾਈਡ ਸੇ। ਫਿਰ ਇੱਕ ਥਾਰ ਮੇਂ ਇੱਕ ਪੁਲਿਸ ਅੰਕਲ ਆਏ, ਫਿਰ ਉਹਨਾਂ ਨੇ ਮੇਰੇ ਕੋ ਬਚਾਇਆ ਥਾ। ਕੱਪੜੇ ਵਗੈਰਾ ਤੋਂ ਆਪਕੇ ਉਸ ਟਾਈਮ ਪੇ ਸਾਰੇ ਫਟ ਗਏ ਥੇ? ਸਾਰੇ ਫਟ ਗਏ ਅਤੇ ਬਾਲ ਵੀ ਟੁੱਟ ਗਏ। ਉਹਨਾਂ ਨੇ ਪਕੜ ਕੇ ਰੱਖਾ ਥਾ ਜਾਂ ਆਪਣੇ ਨਹੀਂ ਛੋੜਾ ਥਾ? ਮੋਬਾਈਲ ਬਚਾਉਣ ਦੀ ਕੋਸ਼ਿਸ਼ ਕਰ ਰਹੇ? ਮੇਰੇ ਸੇ ਪਹਿਲੇ ਥੋੜ੍ਹੀ ਦੂਰ ਮੈਨੇ ਫੋਨ ਪਕੜਾ, ਫਿਰ ਮੈਨੇ ਛੋੜ ਦਿਆ, ਫਿਰ ਵੀ ਉਹਨਾਂ ਨੇ ਮੇਰਾ ਹੱਥ ਪਕੜ ਕੇ ਘਰ ਜਿੱਤੇ ਹੋਏ ਲੈ ਕਰ ਗਏ ਥੇ। ਕਿੰਨੇ ਲੋਕ ਥੇ? 3 ਜਣੇ ਥੇ, ਇੱਕ ਸਰਦਾਰ ਥਾ, 2 ਐਸੇ ਇੱਕ ਬੀਚ ਮੇਂ ਜੋ ਬੈਠਾ ਹੋਇਆ ਥਾ ਉਸਨੇ ਮੂੰਹ ਬਾਂਧਾ ਥਾ, ਜਿਹੜਾ ਚਲਾ ਰਹਾ ਥਾ ਉਹ ਸਰਦਾਰ ਥਾ। ਤੋ ਕਿਤਨੇ ਵਜੇ ਕੀ ਇਹ ਘਟਨਾ? 1:20 ਕੀ। ਇਹ ਆਪ ਘਰ ਕੇ ਬਾਹਰ ਹੀ ਥੇ ਆਪਣੇ? ਹਾਂਜੀ, ਮੈਂ ਅੰਦਰ ਆ ਰਹੀ ਸੀ। ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਲੁੱਟਾਂ ਖੋਹਾਂ ਵੱਧ ਰਹੀਆਂ ਨੇ, ਉੱਥੇ ਹੁਣ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ। ਦੱਸ ਦਈਏ ਕਿ ਘਰ ਦੇ ਬਾਹਰ ਖੜ੍ਹੀ ਇੱਕ ਲੜਕੀ ਦੇ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਲੁਟੇਰਿਆਂ ਨੇ ਸਾਰੀਆਂ ਹੱਦਾਂ ਹੀ ਟੱਪ ਦਿੱਤੀਆਂ ਨੇ। ਦੱਸ ਦਈਏ ਕਿ ਲੁਟੇਰਿਆਂ ਦੇ ਵੱਲੋਂ ਜਿੱਥੇ ਲੜਕੀ ਦਾ ਫੋਨ ਖੋਇਆ ਗਿਆ, ਉੱਥੇ ਹੀ ਲੜਕੀ ਨੂੰ ਬਾਹਾਂ ਤੋਂ ਫੜ ਕੇ ਘੱਟੋ ਘੱਟ ਅੱਧਾ ਕਿਲੋਮੀਟਰ ਤੋਂ ਵੀ ਦੂਰ ਘੜੀਸਦੇ ਹੋਏ ਲੈ ਗਏ। ਜਦੋਂ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਉਹਨਾਂ ਨੇ ਜਾ ਕੇ ਲੜਕੀ ਦੀ ਬਾਂਹ ਛੱਡੀ ਅਤੇ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਹੁਣ ਜਲੰਧਰ ਦੇ ਇੱਕ ਇਲਾਕੇ ਦੀ ਦੱਸੀ ਜਾ ਰਹੀ ਹੈ। ਤਾਂ ਜਲੰਧਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ। ਦਰਅਸਲ ਪਿਛਲੇ 2 ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਨੂੰ ਕਿੰਜ ਲੁਟੇਰਿਆਂ ਦੇ ਵੱਲੋਂ
ਘੜੀਸਿਆ ਜਾ ਰਿਹਾ, ਸੜਕ ਦੇ ਉੱਤੇ ਉਹਨੂੰ ਘੜੀਸਿਆ ਜਾ ਰਿਹਾ। ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਲੜਕੀ ਦੀ, ਤਾਂ ਲੜਕੀ ਵੀ ਹੁਣ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਅਤੇ ਲੜਕੀ ਦਾ ਕਹਿਣਾ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹੀ ਸੀ, ਬਾਈਕ ਦੇ ਉੱਤੇ 3 ਲੁਟੇਰੇ ਆਉਂਦੇ ਨੇ, ਉਸਦੇ ਕੋਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾਂ ਤਾਂ ਉਸ ਨੂੰ ਧੱਕਾ ਵੱਜਦਾ ਹੈ, ਉਹ ਜਾ ਕੇ ਦੀਵਾਰ ਦੇ ਨਾਲ ਜਾ ਟਕਰਾਉਂਦੀ ਹੈ, ਹਾਲਾਂਕਿ ਲੁਟੇਰਿਆਂ ਦੇ ਵੱਲੋਂ ਫਿਰ ਮਾਫ਼ੀ ਵੀ ਮੰਗੀ ਜਾਂਦੀ ਹੈ। ਪਰ ਜਿਵੇਂ ਹੀ ਉਹਨਾਂ ਨੂੰ ਉਸ ਲੜਕੀ ਦੇ ਹੱਥ ਦੇ ਵਿੱਚ ਫੋਨ ਦਿਖਦਾ, ਤਾਂ ਉਹ ਲੜਕੀ ਦਾ ਹੱਥ ਹੀ ਫੜ ਲੈਂਦੇ ਨੇ ਅਤੇ ਘੜੀਸਦੇ ਹੋਏ ਕਾਫ਼ੀ ਦੂਰ ਤੱਕ ਲੈ ਜਾਂਦੇ ਨੇ। ਅਤੇ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਲੜਕੀ ਦੇ ਕਾਫ਼ੀ ਗੰਭੀਰ ਸੱਟਾਂ ਵੀ ਲੱਗੀਆਂ ਨੇ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਮੈਂ ਰੋਡ 'ਚ ਆ ਰਹੀ ਸੀ, ਫਿਰ ਵਹਾਂ ਪੇ ਦੋ ਲੜਕੇ ਖੜੇ ਹੋਏ ਥੇ, ਫਿਰ ਉਹ ਵਹੀਂ ਪਰ ਰਹਿ ਗਏ। ਮੈਂ ਆਪਣੇ ਘਰ ਕੇ ਅੰਦਰ ਜੈਸੇ ਬੜੀ, 3 ਮੁੰਡੇ ਬਾਈਕ ਸੇ ਆਏ ਗਏ, ਮੇਰੇ ਕੋਲ ਦੀਵਾਰ ਕੇ ਸਾਥ ਟਕਰਾ ਕੇ, ਫਿਰ ਕਹਤੇ ਸੋਰੀ। ਮੈਂ ਕਿਹਾ ਕੋਈ ਬਾਤ ਨਹੀਂ, ਫਿਰ ਉਹ ਜੈਸੇ ਮੈਂ ਪੀਛੇ ਕੋਈ ਮੇਰਾ ਫੋਨ ਅਤੇ ਮੇਰੇ ਕੋਲ ਗਜ਼ੀਟ ਦੇ ਉਹ ਲੈ ਕੇ ਚਲੇ ਗਏ ਥੇ। ਕਹਾਂ ਤੱਕ ਗਜ਼ੀਟ ਤੋਂ ਲੈ ਕੇ ਗਏ ਆਪਕੋ? ਬੀਬੀ ਆਰ ਕੇ ਆਗੇ ਤੱਕ ਮੰਦਿਰ ਕੇ ਸਾਈਡ ਸੇ, ਫਿਰ ਇੱਕ ਥਾਰ ਮੇਂ ਇੱਕ ਪੁਲਿਸ ਅੰਕਲ ਆਏ, ਫਿਰ ਉਹਨਾਂ ਨੇ ਮੇਰੇ ਕੋਲ ਬਚਾਇਆ ਥਾ। ਕੱਪੜੇ ਵਗੈਰਾ ਤੋਂ ਆਪਕੇ ਉਸ ਟਾਈਮ ਪੇ ਸਾਰੇ ਫਟ ਗਏ ਥੇ? ਸਾਰੇ ਫਟ ਗਏ ਤੇ ਬਾਲ ਵੀ ਟੁੱਟ ਗਏ। ਉਹਨਾਂ ਨੇ ਪਕੜ ਕੇ ਰੱਖਾ ਥਾ ਜਾਂ ਆਪਨੇ ਨਹੀਂ ਛੋੜਾ ਥਾ ਮੋਬਾਈਲ ਬਚਾਨੇ ਕੀ ਕੋਸ਼ਿਸ਼ ਕਰ ਰਹੇ ਥੇ? ਨਹੀਂ, ਮੇਰੇ ਸੇ ਪਹਿਲੇ ਥੋੜ੍ਹੀ ਦੂਰ ਮੈਨੇ ਫੋਨ ਪਕੜਾ, ਫਿਰ ਮੈਨੇ ਛੋੜ ਦਿਆ, ਫਿਰ ਵੀ ਉਹਨਾਂ ਨੇ ਮੇਰਾ ਹੱਥ ਪਕੜ ਕੇ ਘਰ ਜਿੱਤੇ ਹੋਏ ਲੈ ਕਰ ਗਏ ਥੇ। ਕਿੰਨੇ ਲੋਕ ਥੇ? 3 ਜਣੇ ਥੇ, ਇੱਕ ਸਰਦਾਰ ਥਾ, ਦੋ ਐਸੇ, ਇੱਕ ਬੀਚ ਮੇਂ ਜੋ ਬੈਠਾ ਹੋਇਆ ਥਾ ਉਸਨੇ ਮੂੰਹ ਬਾਂਧਾ ਥਾ, ਜਿਹੜਾ ਚਲਾ ਰਿਹਾ ਥਾ ਉਹ ਸਰਦਾਰ ਥਾ। ਤੋ ਕਿੰਨੇ ਵਜੇ ਕੀ ਘਟਨਾ? 1:20 ਕੀ। ਯੇ ਆਪ ਘਰ ਕੇ ਬਾਹਰ ਹੀ ਥੇ ਆਪਣੇ? ਹਾਂਜੀ, ਮੈਂ ਅੰਦਰ ਆ ਰਹੀ ਥੀ।